ਕਿੱਦਾਂ ਹਾਲ ਹੈ? ਮੈਂ ਤੁਹਾਡਾ ਛੋਟਾ ਭਰਾ ਆ ਬਲਵੀਰ ਸਿੰਘ। ਦੋਸਤੋ, ਸਕੇ ਭਰਾ ਤਾਂ ਸਕੇ ਹੀ ਹੁੰਦੇ ਨੇ। ਤੁਹਾਨੂੰ ਵੀ ਦੱਸ ਦਈਏ, ਇਸ ਵੀਡੀਓ ਦੇ ਵਿੱਚ ਵੱਡਾ ਭਰਾ ਆਪਣੇ ਵਧੇਰੀ ਉਮਰ ਹੋਣ ਕਰਕੇ ਆਖਰੀ ਸਾਹਾਂ ਉੱਤੇ ਹੁੰਦਾ ਅਤੇ ਉਹਦੀ ਆਖਰੀ ਇੱਛਾ ਹੁੰਦੀ ਹੈ ਕਿ ਉਹ ਆਪਣੇ ਨਿੱਕੇ ਭਰਾ ਨੂੰ ਮਿਲੇ ਜੋ ਕੈਨੇਡਾ ਤੋਂ ਪਿਛਲੇ 25-30 ਸਾਲ ਤੋਂ ਰਹਿ ਰਿਹਾ ਹੁੰਦਾ। ਜਦੋਂ ਉਸਨੂੰ ਪਤਾ ਲੱਗਦਾ ਕਿ ਉਹਦਾ ਭਰਾ ਬਿਮਾਰ ਹੈ ਤਾਂ ਉਸਦੇ ਇੱਕ ਬੋਲ 'ਤੇ ਉਸਨੂੰ ਮਿਲਣ ਦੇ ਲਈ ਪੰਜਾਬ ਆ ਜਾਂਦਾ। ਤੁਸੀਂ ਦੇਖ ਸਕਦੇ ਹੋ, ਜਦੋਂ ਦੋ ਭਰਾ 25 ਸਾਲ ਬਾਅਦ ਪਹਿਲੀ ਵਾਰ ਮਿਲਦੇ ਨੇ ਤਾਂ ਉਸਨੂੰ ਦੱਸਣਾ ਪੈਂਦਾ ਕਿ ਮੈਂ ਤੇਰਾ ਨਿੱਕਾ ਭਰਾ ਬਲਬੀਰ ਸਿੰਘ, ਜਿਸ ਤੋਂ ਬਾਅਦ ਜਾ ਕੇ ਵੱਡਾ ਭਰਾ ਆਪਣੇ ਛੋਟੇ ਭਰਾ ਨੂੰ ਪਹਿਚਾਣਦਾ। ਦੋਸਤੋ, ਤੁਹਾਨੂੰ ਵੀ ਦਿਖਾਉਣੇ ਇਸ ਭਾਵਕ ਕਰ ਦੇਣ ਵਾਲੀ ਵੀਡੀਓ ਨੂੰ, ਜਦੋਂ ਦੋ ਭਰਾ 25-30 ਸਾਲ ਬਾਅਦ ਮਿਲਦੇ ਨੇ। ਤੁਹਾਨੂੰ ਵੀ ਲੈ ਚੱਲਦੇ ਇਸ ਪੂਰੀ ਵੀਡੀਓ ਦੇ ਵੱਲ, ਅਖੀਰ ਤੱਕ ਇਸ ਨੂੰ ਜ਼ਰੂਰ ਦੇਖੇ ਅਤੇ ਆਪਣੀ ਰਾਏ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੇ ਕਿ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ। ਤੁਹਾਨੂੰ ਵੀ ਦਿਖਾਉਣੇ ਇਹ ਪੂਰੀ ਵੀਡੀਓ। ਕਿੱਦਾਂ ਹਾਲ ਹੈ? ਮੈਂ ਤੁਹਾਡਾ ਛੋਟਾ ਭਰਾ ਆ ਬਲਵੀਰ ਸਿੰਘ। ਆਹੋ, ਸਮਝ ਗਿਆ ਕਿ ਨਹੀਂ? ਬਲਵੀਰ ਸਿੰਘ ਉਹਨੂੰ ਛੋਟਾ ਭਰਾ ਜੇ ਕੈਨੇਡਾ ਗਿਆ ਸੀ। ਚਿੱਤਾ ਆਇਆ ਕੁਛ? ਠੀਕ ਹੈ।